ਉਧਰ ਸਨੌਰ ਵਿੱਚ ਸਿੱਖ ਨੌਜਵਾਨਾਂ ਦੇ ਨਾਲ ਕਥਿਤ ਤੌਰ ਤੇ ਪੁਲਿਸ ਜ਼ਿਆਦਤੀ ਦੇ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਹੈ ਕਿ ਕਮੇਟੀ ਆਪਣੇ ਤੌਰ ਤੇ ਮਾਮਲੇ ਦੀ ਘੋਖ ਪੜਤਾਲ ਕਰੇਗੀ, ਜਿਸ ਤੋਂ ਬਾਅਦ ਜ਼ਿੰਮੇਵਾਰ ਧਿਰ ਦੇ ਖਿਲਾਫ ਕਾਰਵਾਈ ਯਕੀਨੀ ਬਣਾਈ ਜਾਵੇਗੀ। ਕਾਬਲੇ ਗੌਰ ਹੈ ਕਿ ਗੋਬਿੰਦ ਸਿੰਘ ਲੌਂਗੋਵਾਲ ਮੋਗਾ ਪੁੱਜੇ ਸਨ, ਜਿੱਥੇ ਉਨ੍ਹਾਂ ਧਾਰਮਿਕ ਯਾਤਰਾ ਦੇ ਲਈ ਇੱਕ ਬੱਸ ਨੂੰ ਰਵਾਨਾ ਕੀਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਕਮੇਟੀ ਅਸੀਂ ਬਣਾਈ ਹੈ, ਉਹ ਸਾਰੀ ਕਮੇਟੀ ਜਾਂਚ ਪੜਤਾਲ ਕਰਕੇ ਸਾਨੂੰ ਦੱਸੇਗੀ। ਸੋ ਮੈਂ ਸਮਝਦਾ ਕਿ ਇਹ ਇੰਝ ਹਰਕਤਾਂ ਜਿਹੜੀਆਂ ਨੇ ਬਹੁਤ ਮਾੜੀਆਂ ਹੋ ਰਹੀਆਂ। ਪੁਲਿਸ ਦੇ ਨਾਲ ਵੀ ਹਮਦਰਦੀ ਕਰੋਗੇ ਜੇ ਮੰਨ ਲਓ ਬੱਚਿਆਂ ਦੀ ਗਲਤੀ ਆਉਂਦੀ? ਸਾਹਮਣੇ ਕੋਈ ਗੱਲ ਆਊਗੀ, ਕਿਉਂਕਿ ਸਾਡੀ ਇਹ ਅਜੇ ਤੱਕ ਤਾਂ ਕੋਈ ਗੱਲ ਆਈ ਨਹੀਂ। ਅਜੇ ਤੱਕ ਤਾਂ ਪੁਲਿਸ ਸਸਪੈਂਡ ਵੀ ਕੀਤੇ ਨੇ ਉਹਨਾਂ ਨੇ, ਅਸੀਂ ਕਹਿੰਦੇ ਸਸਪੈਂਡ ਕਰਕੇ ਕੋਈ ਗੱਲ ਨਹੀਂ ਹੋਣੀ। ਅਸੀਂ ਚਾਹੁੰਦੇ ਹਾਂ ਕਿ ਉਹਨਾਂ ਉੱਤੇ ਕੇਸ ਦਰਜ ਹੋਣਾ।